डेमोक्रेसी का सब तो इंपॉर्टेंट पिलर प्रेस मीडिया की आजादी, पर जिहड़ी अज की सरकार पंजाब की है इस पिलर नूं उन्होंने चकनाचूर कर दिता। मैं लगता कि पहली बार होया पंजाब के इतिहास में ते हिंदुस्तान के इतिहास में कि किवें पैसे नाल ड्रा के मीडिया नूं धमकाया जांदा है, जिहड़ा मीडिया सरकार के खिलाफ लिखता है उन्हां दी एंट्री बैन की जाती है, उन्हां दी एडवर्टाइजमेंट बंद की जाती है। जिहड़ी एडवर्टाइजमेंट पॉलिसी इन्हां कोल है नहीं, कोई चैनल दो दिन पहले शुरू होया उन्हूं किन्ने पैसे देने हैं, जिहड़ा पुराने है उन्हां नूं किन्ने देने हैं। आ सारा कुछ ही कंट्रोल हुण भगवंत मान की सरकार कर रही है। तुसीं देखिया होना कि किवें पंजाब दे एक मोस्ट इंपॉर्टेंट न्यूज़पेपर अजीत अखबार जिहड़ा वॉइस ऑफ पंजाब ही कहा जाता है, उस अखबार नूं किवें इन्हां ने प्रेशर पाउण की कोशिश की, किवें उन्हां नूं दबाउण की कोशिश की कि साढ़े हिसाब की खबर लाओ। मीडिया का काम है फ्री एंड फेयर रिपोर्टिंग, पर फ्री एंड फेयर रिपोर्टिंग के खिलाफ आ सरकार चली है। जिहड़ा कोई फ्री एंड फेयर रिपोर्टिंग करने की कोशिश करता है इन्हां ने पब्लिक मनी ਨੂੰ ਵਰਤ ਕੇ ਉਹਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਸਾਡੀ ਸਰਕਾਰ ਸੀ ਜਾਂ ਕਾਂਗਰਸ ਦੀ ਸਰਕਾਰ ਸੀ, ਮਸਾ ਪਬਲਿਕ ਰਿਲੇਸ਼ਨ ਦਾ ਬਜਟ 30 ਕਰੋੜ ਹੁੰਦਾ ਸੀ, ਅੱਜ ਇਹਨਾਂ ਨੇ ਵਧਾ ਕੇ 750 ਕਰੋੜ ਰੁਪਈਆ ਦੇ ਦਿੱਤਾ। ਆਹ ਜਿਹੜਾ ਪੈਸਾ ਪੰਜਾਬ ਦਾ ਪੈਸਾ, ਇਹਦਾ ਮਤਲਬ ਪੰਜਾਬ ਦੇ ਲੋਕਾਂ ਦੀ ਗੱਲ ਬਾਹਰ ਪਹੁੰਚਾਉਣੀ ਨਹੀਂ, ਆਮ ਆਦਮੀ ਪਾਰਟੀ ਨੂੰ ਤਕੜਾ ਕਰਨਾ, ਆਮ ਆਦਮੀ ਪਾਰਟੀ ਨੂੰ ਦੂਜੇ ਸੂਬਿਆਂ ਜਾ ਕੇ ਉੱਥੇ ਪ੍ਰਚਾਰ ਕਰਨਾ। ਦੇਖੋ ਪੰਜਾਬ ਦਾ ਪੈਸਾ ਵਰਤਿਆ ਜਾ ਰਿਹਾ। ਤੁਸੀਂ ਯਾਦ ਕਰੋ ਜਦੋਂ ਸਰਕਾਰ ਬਣੀ, ਰਵਿੰਦਰ ਨਾਰਾਇਣ ਜੋ PTC ਦੇ ਮਾਲਕ ਸੀ ਉਹਨੂੰ ਫੜ ਕੇ ਅੰਦਰ ਕਰ ਦਿੱਤਾ, 2 ਮਹੀਨੇ ਅੰਦਰ ਰੱਖਿਆ। ਇੱਥੇ ਇੱਕ ਹੋਰ ਵੈਬ ਚੈਨਲ ਹੈ, ਉਹਨਾਂ ਦੇ ਮਾਲਕ ਨੂੰ ਉਹਨਾਂ ਨੇ ਪਰਚਾ ਦੇ ਦਿੱਤਾ। ਇੱਕ ਨੈਸ਼ਨਲ ਚੈਨਲ ਹੈ, TV ਚੈਨਲ, ਜਿਹੜਾ ਨੈਸ਼ਨਲ ਚੈਨਲ ਮੈਂ ਨਾਮ ਹੀ ਲੈਣ, TV 18, ਉਹਨੂੰ 3 ਦਿਨ ਬੰਦ ਰੱਖਿਆ, 4 ਦਿਨ ਬੰਦ ਰੱਖਿਆ। ਹੁਣ ਅਜੀਤ ਅਖਬਾਰ ਦੇ ਅਤੇ ਦੂਜੇ ਅਖਬਾਰਾਂ ਨੂੰ ਐਂਟਰੀ ਬੈਨ ਕੀਤੀ ਹੈ। ਤੋ ਇਸ ਕਰਕੇ ਅਸੀਂ ਗਵਰਨਰ ਸਾਹਿਬ ਨੂੰ ਬੇਨਤੀ ਕਰਨਾ ਹੈ, ਆਹ ਪ੍ਰੈਸ ਦੀ ਆਜ਼ਾਦੀ ਨੂੰ ਬਹਾਲ ਕਰਨਾ ਬਹੁਤ ਜ਼ਰੂਰੀ ਹੈ। ਜੇ ਪ੍ਰੈਸ ਦੀ ਆਜ਼ਾਦੀ ਬਹਾਲ ਨਾ ਹੋਈ, ਜਨਤਾ ਦੀ ਆਵਾਜ਼ ਕੁਚਲੀ ਜਾਊਗੀ। ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਮੀਡੀਆ ਸਾਰੀ ਨੂੰ, ਕਿ ਆਪਾਂ ਸਾਰੇ ਇਕੱਠੇ ਹੋ ਕੇ ਆਹ ਜਿਹੜੀ ਇਹਨਾਂ ਦੀ ਕੋਸ਼ਿਸ਼ ਹੈ ਕਿ ਪੈਸੇ ਦੇ ਸਿਰ 'ਤੇ, ਪੁਲਿਸ ਦੇ ਸਿਰ 'ਤੇ, ਵਿਜੀਲੈਂਸ ਦੇ ਸਿਰ 'ਤੇ ਥ੍ਰੈਟ ਦੇ ਕੇ ਆਮ ਪ੍ਰੈਸ ਦੀ ਆਜ਼ਾਦੀ ਦੀ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ, ਉਹਦੇ ਖਿਲਾਫ਼ ਆਪਾਂ ਸਾਰੇ ਲੜੀਏ। ਕਿਉਂਕਿ ਜੇ ਅੱਜ ਤੁਸੀਂ ਸੋਚਦੇ ਹੋ ਕਿ ਤੁਸੀਂ ਬਚੇ ਹੋ, ਉਹ ਦਿਨ ਦੂਰ ਨਹੀਂ ਕਿ ਤੁਹਾਡੇ 'ਤੇ ਵੀ ਆ ਹੋਊਗਾ। ਆਪਾਂ ਨੂੰ ਯੂਨੈਨਮਸਲੀ, ਕਿਉਂਕਿ ਆ ਪੰਜਾਬ ਦੀ ਜਨਤਾ ਦੀ ਆਵਾਜ਼ ਹੈ। ਦੇਖੋ ਬੜਾ ਸੀਰੀਅਸ ਚੀਜ਼ ਜਿਹੜੀ ਹੋਈ ਹੈ ਕਿ ਇੱਕ ਵੱਡੇ ਅਖਬਾਰ ਦੇ ਐਡੀਟਰ ਹਮਦਰਦ ਸਾਹਿਬ ਨੇ ਕੀ ਲਿਖਿਆ ਆਪਣੀ ਚਿੱਠੀ 'ਚ ਕਿ ਉਹਨਾਂ ਨੂੰ ਥ੍ਰੈਟਨ ਕੀਤਾ ਗਿਆ। ਜੇ ਅਜੀਤ ਅਖਬਾਰ ਦੇ ਐਡੀਟਰ ਜਾਂ ਮਾਲਕ ਹਮਦਰਦ ਸਾਹਿਬ, ਜਿਨ੍ਹਾਂ ਨੂੰ ਪਦਮ ਭੂਸ਼ਣ ਮਿਲਿਆ, ਪਦਮ ਸ਼੍ਰੀ ਮਿਲਿਆ, ਹਿੰਦੁਸਤਾਨ ਦੇ ਮੀਡੀਆ ਦੇ ਹਰ ਅਵਾਰਡ ਮਿਲੇ ਹੈ, ਜੇ ਉਸ ਇਨਸਾਨ ਨੂੰ ਆਹ ਸਰਕਾਰ ਥ੍ਰੈਟਨ ਕਰ ਸਕਦੀ ਹੈ, ਤਾਂ ਫਿਰ ਬਾਕੀ ਕੌਣ ਬਚਿਆ। ਅਸੀਂ ਗਵਰਨਰ ਸਾਹਿਬ ਨੂੰ ਕਿਹਾ ਆਹ ਸਰਕਾਰ ਦਾ ਜਿਹੜਾ ਇਮੀਡੀਏਟ ਇਨਕੁਆਇਰੀ ਕੀਤੀ ਜਾਏ ਅਤੇ ਰਿਪੋਰਟ ਮੰਗੀ ਜਾਏ ਅਤੇ ਡਿਟੇਲ ਛਾਪੀ ਜਾਏ ਅਤੇ ਐਕਸ਼ਨ ਲਿੱਤਾ ਜਾਏ ਕਿ ਜਿਹੜਾ ਮਿਸਯੂਜ ਆਫ ਫੰਡਸ ਇੱਥੇ ਹੋ ਰਹੇ ਆ। ਦੂਜੀ ਗੱਲ ਜਿਹੜਾ ਮੈਂ ਕਹਿਣਾ ਚਾਹੁੰਦਾ, ਦੇਖੋ ਪੰਜਾਬ ਵਿੱਚ ਕਾਨੂੰਨ ਹੈ ਹੀ ਨਹੀਂ, ਹੁਣ ਗੁੰਡਾਗਰਦੀ ਦਾ ਰਾਜ ਹੈ, ਗੈਂਗਸਟਰ ਦਾ ਰਾਜ ਹੈ। ਜਿਹੜਾ ਜੀ ਕਰਦਾ ਪੁਲਿਸ ਦੇ ਥਾਣੇ ਕਬਜ਼ੇ ਕਰ ਲੈਂਦਾ, ਜਿਹੜਾ ਜੀ ਕਰਦਾ ਬੰਦੂਕਾਂ ਲੈ ਕੇ ਸ਼ਰੇਆਮ ਤੁਰੇ ਫਿਰਦੇ ਹੈ, ਐਕਸਟੋਰਸ਼ਨ ਹੋਈ ਜਾਂਦੀ ਹੈ। ਘੱਟ ਤੋਂ ਘੱਟ ਮੈਨੂੰ 25-30 ਕੇਸ ਪਤਾ ਪਰਸਨਲੀ, ਮੇਰੇ ਨੇੜੇ ਤੇੜੇ ਜਿਹੜੇ ਲੋਕ ਹੈ ਉਹਨਾਂ ਨੂੰ ਐਕਸਟੋਰਸ਼ਨ ਦੇ ਕਾਲਜ਼ ਆਏ ਹੈ। ਆਹ ਤਾਂ ਹਾਲਾਤ ਬਣੀ ਪਈ ਹੈ।
जे आई हालात रही पंजाब विच किसी ने रहना नहीं है। आज जड़ा इन्वेस्टमेंट समिट होया कोई इंडस्ट्री नहीं आई बाहरों, कोई वड्डे इंडस्ट्रियस नहीं आए। क्यों? उन्होंने डर पै गया कि हालात वह बन गए जिहड़े 20 साल पहले है। मसा श्रोमणी अकाली दल साहब प्रकाश सिंह जी बादल ने बड़ी मेहनत करके पंजाब नू तरक्की दी लीच लिआंदा आ 5 साल कैप्टन दे ते आ जिहड़े इन भगवंत मान ने तो जमा ही आम आदमी पार्टी ने तबाह कर दिता। अज जिहड़ी जिस सूबे विच इनसिक्योरिटी होए वह सूबा किते अगे नहीं वध सकदा। अज हर बच्चे बच्चे दे मन च इनसिक्योरिटी है, कोई बंदा रात नू निकलदा नहीं, पिंडां विच शाम नू जाके देखो सन्नाटा छाया, शहरां विच सन्नाटा छाण लग गया। आ सारा कुछ ही भगवंत मान की सरकार करके, इहनू कोई फिक्र ही नहीं है। ते जिहड़ा दूजी गल सी, तीजी गल, असी गवर्नर साहब नू कहा कि इस सरकार ने, भगवंत सिंह मान की सरकार ने बहुत वड्डा एक्साइज का स्कैम किया, जिवें दिल्ली एक्साइज पॉलिसी CBI ने सिसोदिया नू उन्हां दे जिहड़ा डिप्टी CM सी उहनू फड़ के अंदर किया। आई पंजाब की पॉलिसी भी दिल्ली के साबका डिप्टी चीफ मिनिस्टर सिसोदिया ने बनाई, पंजाब के अफसर उन्होंने अपने दफ्तर बुलाए। जे तुसी दिल्ली की पॉलिसी देखो तो पंजाब की पॉलिसी देखो, एक एक लफ्ज सेम है, एक एक लफ्ज सेम है पॉलिसी दे विच। ओही जिन्हां नूं उत्थे शराब के इलीगल ठेके दे के मोनोपली कराई, ओही बंदे इत्थे है। तो इस करके असीं गवर्नर साहब नूं बेनती की थी कि घट तो घट 800-900 करोड़ रुपये का लुट भगवंत मान ने ते इन्हां दी टीम ने मचाई है, लुट मचाई है। तो जिहड़ी इंक्वायरी CBI दी दिल्ली हो रही है उस नूं इमीजिएटली एक्सटेंड किया जाए ते आ सरकार दे इक बहुत होर कपले सामने आउणगे। चौथी गल मैं करना चाहना कि आ माइनिंग विच जो हो रहा है एडा वड्डा फ्रॉड किया जा रहा है, कहिंदे कुछ है सारे MLA इन्हां दे इलीगल माइनिंग ते लगे है सारे। मैं अफसरां नूं पुछिया वह कहिंदे असीं की करिए, सानूं MLA ने खुली छुट्टी दित्ती है। आ जिहड़े कह रहे है कि 5 रुपये असीं ट्राली का करता रेट, असली गल तां दसदे नहीं, 5 रुपये तां सरकार ले रही है। जिहड़े जमीन मालक है उहनूं लग देना पैणा, जिहड़ा मिट्टी भरूगा उहनूं लग देना पैणा, जिहड़ी ट्राली ते लैके जाऊंगे उहदा किराया लग देना पैणा। ते मैं लगता हुण तां 40-50 रुपये तक ट्राली पहुंच गई है फुट। ते राकेश चौधरी ते जिहड़ा मेन किंग पिन सी पिछली कांग्रेस सरकार दा, ओही हुण किंग पिन इत्थे है, प्लेयर ओही है। ते मैं इन्ना कहना चाहुंदा भगवंत मान नूं कि मैं कह सकदा सब तो करप्ट सरकार जे कोई है ते आम आदमी पार्टी दी सरकार है। ते असीं गवर्नर साहब नूं कहा इहनूं डिसमिस करना पैणा, नहीं तां पंजाब दे विच हालात बहुत बिगड़ जाने जे सरकार चलदी रही। क्वेश्चन CM साहब, पहली गल इहनूं साहब कहण दी लोड़ नहीं, जिस तरीके नाल उह पेश आए है विधानसभा च, जे तुसीं रिस्पैक्ट नहीं दोगे थोनू भी कोई किसी ने रिस्पैक्ट नहीं देनी। जिवें लीडर ऑफ द ओपोजिशन नूं उन्होंने गल्लां कीतियां, जिवें उस वर्तीरा नाल गल कीती, भाषा वर्ती, मैं लगता आ CM रहण दे लायक नहीं है। तो इस करके इहदी तां आदत बण गई भगवंत सिंह, इहदा नां हुण भगवंत बेईमान है, मान नहीं है बेईमान, भगवंत बेईमान। हले तक हर चीज है, किए जाएंगे, ये करेंगे। सबसे जरूरी लॉ एंड ऑर्डर है स्टेट का, जिस स्टेट में लॉ एंड ऑर्डर ना हो लोग सुरक्षित ना अपने आप समझे, पीस एंड कम्युनल हार्मनी ना हो वो स्टेट कभी तरक्की नहीं करता। एज प्रेजिडेंट अकाली दल मैं कहना चाहता हूं कि श्रोमणी अकाली दल की वन एंड ओनली पॉलिसी जो है कि हम हर कुर्बानी देंगे, पंजाब में अमन शांति भंग नहीं होने देंगे, कम्युनल हार्मनी कायम रखेंगे, जो ताकतें पंजाब में भाइयों को लड़ाएंगे हम उनके साथ उनके खिलाफ लड़ेंगे। एक एक बोलो।
ਸਿੱਧੂ ਮੂਸੇਵਾਲੇ ਦੇ ਪੇਰੈਂਟਸ ਅੱਜ ਵਿਧਾਨ ਸਭਾ ਪਹੁੰਚੇ ਇਨਸਾਫ ਦੀ ਮੰਗ ਨੂੰ ਲੈ ਕੇ ਜਾਂਚ ਦੀ ਮੰਗ ਕਰ ਰਹੇ ਗੱਲ ਜਾਇਜ਼ ਹੈ ਨਾ ਪਿਛਲੀ ਸਰਕਾਰ ਨੇ ਕੁਝ ਕੀਤਾ ਨਾ ਹੁਣ ਕੀਤਾ ਦੇਖੋ ਸਿੱਧੂ ਮੂਸੇਵਾਲੇ ਦਾ ਕਾਤਲ ਭਗਵੰਤ ਮਾਨ ਹੈ ਸਹੀ ਮਾਇਨੇ ਤੇ ਮੁੱਖ ਮੰਤਰੀ ਹੈ ਸਹੀ ਮਾਇਨੇ ਤੇ ਜੇ ਮੁੱਖ ਮੰਤਰੀ ਉਹ ਬਿਆਨ ਨਾ ਦਿੰਦਾ ਸਿਕਿਉਰਿਟੀ ਨਾ ਘਟਾਉਂਦੇ ਅੱਜ ਸਿੱਧੂ ਮੂਸੇਵਾਲਾ ਆਪਣੇ ਵਿੱਚ ਹੋਣਾ ਸੀ ਇਸ ਕਰਕੇ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਸਰਕਾਰ ਦਾ ਕੋਈ ਇੰਟਰਸਟ ਨਹੀਂ ਕਿਉਂਕਿ ਜੇ ਪੰਜਾਬ ਸੀਬੀਆਈ ਜਾਂਚ ਕਰੂਗੀ ਭਗਵੰਤ ਮਾਨ ਵੀ ਅੰਦਰ ਜਾਊਗਾ ਮੈਂ ਤੁਹਾਨੂੰ ਅੱਜ ਦੱਸ ਪਹਿਲੀ ਗੱਲ ਹੈ ਦੇਸ਼ ਦਾ ਇੱਕ ਕਾਨੂੰਨ ਹੈ ਇਨਵੈਸਟੀਗੇਸ਼ਨ ਦਾ ਮਤਲਬ ਹੈ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਸੀਐਮ ਨਹੀਂ ਹੁੰਦਾ ਮਨਿਸਟਰ ਨਹੀਂ ਹੁੰਦਾ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਆਹ ਰਿਜ਼ਲਟ ਦੇਵਾਂਗੇ ਇਨਵੈਸਟੀਗੇਸ਼ਨ ਦਾ ਇਹਨੂੰ ਅੰਦਰ ਕਰਾਵਾਂਗੇ ਇਨਵੈਸਟੀਗੇਸ਼ਨ ਦਾ ਮਤਲਬ ਇਨਵੈਸਟੀਗੇਸ਼ਨ ਫਰੀ ਐਂਡ ਫੇਅਰ ਨਹੀਂ ਹੈ ਜਿਵੇਂ ਨਾ ਬਹਿਬਲ ਕਲਾਂ 'ਚ ਫੇਅਰ ਹੈ ਨਾ ਕਿਤੇ ਹੋਰ ਫੇਅਰ ਹੈ ਆਹ ਸਾਰਾ ਗੇਮ ਇਹਨਾਂ ਦੇ ਇਲੈਕਸ਼ਨ ਮੈਨੀਫੈਸਟੋ ਦੇਖ ਲਓ ਇੱਕੋ ਇੱਕ ਗੱਲ ਕਹੀ ਸੀ ਅਸੀਂ ਬਾਦਲਾਂ ਨੂੰ ਅੰਦਰ ਕਰਾਂਗੇ ਆਹ ਕੌਣ ਹੈ ਕਹਿਣ ਵਾਲੇ ਬਾਦਲਾਂ ਨੂੰ ਅੰਦਰ ਕਰਾਂਗੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਪਰ ਇਨਵੈਸਟੀਗੇਸ਼ਨ ਜਦੋਂ ਪੰਜਾਬ ਪੁਲਿਸ ਦੇ ਅਫਸਰ ਜੇ ਤੁਸੀਂ ਆਪਣੇ ਚਹਿੱਤੇ ਲਾ ਕੇ ਪੋਸਟਿੰਗਾਂ ਦੇਣ ਵਾਸਤੇ ਤੁਸੀਂ ਉਹਨਾਂ ਨੂੰ ਯੂਜ਼ ਕਰੋ ਅਤੇ ਪ੍ਰੈਸ਼ਰ ਪਾਓ ਅੱਜ ਮੰਤਰੀ ਦਾ ਕੀ ਹੱਕ ਹੈ ਕਹਿਣ ਦਾ ਕਿ ਇੱਕ ਮਹੀਨੇ 'ਚ ਮੈਂ ਚਲਾਨ ਪੇਸ਼ ਕਰੂੰਗਾ ਨਾ ਲਏ ਇਹਦਾ ਮਤਲਬ ਇਨਵੈਸਟੀਗੇਸ਼ਨ ਹੈ ਹੀ ਨਹੀਂ We have full faith in the judiciary. Whenever I get the order, we will abide by that. We have full faith in judiciary. ਦੂਜੇ ਪਾਸੇ ਕੈਪਟਨ ਦੇ ਜਿਹੜੇ ਕਰੀਬੀ ਨੇ ਇੰਦਰ ਸਿੰਘ ਚਾਰ ਉਹਨਾਂ ਨੂੰ ਵੀ ਵਿਜੀਲੈਂਸ ਨੇ ਸੰਮਨ ਕੀਤਾ ਆ 10 ਤਰੀਕ ਨੂੰ ਕਿ ਉਹਨਾਂ ਉੱਤੇ ਵੀ ਕੇਸ ਬਣਾਇਆ ਜਾਵੇ ਆਮਦਨ ਤੋਂ ਵੱਧ ਜਿਹੜੇ ਕਾਂਗਰਸ ਸਰਕਾਰ ਨੇ ਸਭ ਤੋਂ ਜ਼ਿਆਦਾ ਕਰਪਸ਼ਨ ਕੀਤੀ ਕੱਲ ਭਗਵੰਤ ਬੇਈਮਾਨ ਨੇ ਆਪਣੇ ਵਿਧਾਨ ਸਭਾ 'ਚ ਕੀ ਕਿਹਾ ਮੇਰੇ ਕੋਲ ਸਾਰਿਆਂ ਦੇ ਚਿੱਠੇ ਹੈ ਜੇ ਸਾਰਿਆਂ ਦੇ ਚਿੱਠੀ ਆ ਫਿਰ ਐਕਸ਼ਨ ਕਿਉਂ ਨਹੀਂ ਲੈਂਦੇ ਆਹ ਕੀ ਹੈ ਜਿਹਨੂੰ ਸਿਲੈਕਟਿਵ ਕਿਉਂ ਕਰ ਰਹੇ ਹੋ ਜਿਹੜਾ ਨਹਿਰਾ ਮਾਰਦਾ ਉਹਨੂੰ ਅੰਦਰ ਕਰ ਦਿੰਦੇ ਹੈ ਜਿਹੜਾ ਚੁੱਪ ਕਰਕੇ ਖੜ੍ਹਾ ਰਹਿੰਦਾ ਤੁਸੀਂ ਵੀਡੀਓ ਦੇਖੀ ਹੋਣੀ ਹੈ ਕਿ ਕਾਂਗਰਸੀ ਅੱਧੇ ਖੁੰਡ ਡਰ ਕੇ ਥੱਲੇ ਹੱਥ ਕਰੀ ਬੈਠੇ ਹੈ ਕਿਉਂ ਕਰੀ ਬੈਠੇ ਕਿ ਸਾਨੂੰ ਵਿਜੀਲੈਂਸ ਨਾ ਫੜ ਲੈ ਇਹਨਾਂ ਦਾ ਪ੍ਰਧਾਨ ਵੀ ਆਈ ਕਰੀ ਬੈਠਾ ਡਰੀ ਬੈਠਾ ਸੋ ਇਸ ਕਰਕੇ ਆ ਇਹਦੀ ਪਾਲਿਸੀ ਹੈ ਕਿ ਡਰਾ ਕੇ ਲੋਕਾਂ ਜਿਹਨੂੰ ਕਾਂਗਰਸ ਨੂੰ ਕਿ ਤੇਰੇ ਤੂੰ ਬੋਲਿਆ ਤਾਂ ਤੇਰੇ 'ਤੇ ਐਕਸ਼ਨ ਹੋਊਗਾ ਤੂੰ ਬੋਲਿਆ ਤਾਂ ਤੇਰੇ 'ਤੇ ਐਕਸ਼ਨ ਹੋਊਗਾ ਆਹ ਪਾਲਿਸੀ ਬਣਾਈ ਬੈਠੇ ਹੈ ਐਂ ਨਹੀਂ ਉਹਨਾਂ ਮਨ ਇਨਸਾਫ ਦੇਣਾ ਨਹੀਂ ਕਰਪਸ਼ਨ ਦੇ ਖਿਲਾਫ ਲੜਾਈ ਨਹੀਂ ਲੜਨੀ ਭਗਵੰਤ ਮਾਨ ਨੇ ਆਹ ਤਾਂ ਪੋਲੀਟੀਕਲ ਗੇਮ ਖੇਡਣੀ ਹੈ ਜੇ ਕਰਪਸ਼ਨ ਦੇ ਖਿਲਾਫ ਲੜਾਈ ਲੜਦਾ ਹੋਣਾ ਤਾਂ ਕਾਂਗਰਸ ਅੰਦਰ ਹੋਊਗੀ ਬਹੁਤ ਬਹੁਤ ਧੰਨਵਾਦ